लोकतंत्र दा पहला घर नख दा दिल है। दिल ही वो जगह है जिथे असी अपने सवालों नूं गलवकड़ी पाउंदे हां कि असी बराबरी दी सोच अते अमल वाले हो सकते हां, कि असी वड़े दिल वाले हो सकते हां। ਅਸੀਂ ਸਿਰਫ ਦਿਮਾਗ ਰਾਹੀਂ ਸੁਣਨ ਦੀ ਥਾਂ ਆਪਣੀ ਸਮੁੱਚੀ ਹੋਂਦ ਨਾਲ ਸੁਣ ਸਕਦੇ ਹਾਂ ਅਤੇ ਕਿਸੇ ਨੂੰ ਰਾਏ ਦੀ ਬਜਾਏ ਆਪਣਾ ਸਮਗਰ ਧਿਆਨ ਦੇ ਸਕਦੇ ਹਾਂ। ਕੀ ਸਾਡੇ ਦਿਲਾਂ ਵਿੱਚ ਇੰਨੀ ਦ੍ਰਿੜਤਾ ਹੈ ਕਿ ਅਸੀਂ ਹੌਸਲੇ ਨਾਲ ਬਗੈਰ ਰੁਕੇ ਕੰਮ ਕਰੀਏ ਅਤੇ ਆਪਣੇ ਸਾਥੀ ਨਾਗਰਿਕਾਂ ਨਾਲ ਰਲ ਕੇ ਕਦੇ ਵੀ ਵਿਸ਼ਵਾਸ ਗੁਆਏ ਬਗੈਰ ਦ੍ਰਿੜ ਸੰਕਲਪ ਨਾਲ ਇੱਕ ਜ਼ਿੰਦਾ ਲੋਕਤੰਤਰ ਦੀ ਰਾਹ ਤੇ ਤੁਰੀਏ। ਚਲੋ ਆਪਣੀਆਂ ਅੱਖਾਂ ਨੂੰ ਨਵੀਂ ਸੋਚ ਵੱਲ ਖੋਲੀਏ, ਦਿਲ ਨੂੰ ਇੱਕ ਨਵੀਂ ਜ਼ਿੰਦਗੀ ਵੱਲ ਅਤੇ ਆਪਣੇ ਦੇਸ਼ ਵਿੱਚ ਲੋਕਤੰਤਰ ਨੂੰ ਜਾਗਰੂਕ ਨਾਗਰਿਕਾਂ ਵੱਲ।